ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪੰਜਾਬ ਵੈਦਰ ਟੂਡੇ। ਸੋ ਇਸ ਵੇਲੇ ਦੀ ਵੱਡੀ ਬਿਗ ਬ੍ਰੇਕਿੰਗ ਨਿਊਜ਼ ਲੈ ਕੇ ਆਏ ਹਾਂ ਜੀ। ਸੰਦੀਪ ਸਿੰਘ ਸਿੱਧੂ ਯਾਨੀ ਕਿ ਦੀਪ ਸਿੱਧੂ ਦੇ ਐਕਸੀਡੈਂਟ ਮਾਮਲੇ ਦੇ ਵਿੱਚ ਹੁਣੇ ਹੁਣੇ ਰੀਨਾ ਰਾਏ ਦੇ ਵੱਲੋਂ ਜੋ ਆਫੀਸ਼ੀਅਲ ਸਟੇਟਮੈਂਟ ਦਿੱਤੀ ਗਈ ਸੀ ਉਸ ਦੇ ਵਿਰੁੱਧ ਵਿੱਚ ਹੁਣ ਪੰਜਾਬ ਦੀ ਇੱਕ ਹੋਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ। ਸੋ ਕੁੜੀ ਦੇ ਵੱਲੋਂ ਇੱਕ ਇਲਜ਼ਾਮ ਜਿਹੜੇ ਲਾਏ ਗਏ ਨੇ ਉਸ ਦੇ ਉੱਪਰ, ਸੋ ਉਹਨਾਂ ਇਲਜ਼ਾਮਾਂ ਨੂੰ ਕਵਰ ਅਪ ਕੀਤਾ ਗਿਆ। ਸੋ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਰੱਖਣੇ ਨੇ। ਸੋ ਉਹ ਇਲਜ਼ਾਮ ਜਿਹੜੇ ਨੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣਗੇ। ਸੋ ਜੋ ਕੁੜੀ ਦੀ ਵੀਡੀਓ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਰਹੇ ਹੋ ਜੀ, ਇਸ ਕੁੜੀ ਦੇ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ, ਸੋ ਤੁਹਾਡੇ ਨਾਲ ਵੀਡੀਓ ਪੂਰੀ ਆਪਾਂ ਬਰੀਫ ਦੇ ਵਿੱਚ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ, ਨਾਲ ਘੰਟੀ ਵਾਲਾ ਬਟਨ ਦੱਬ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਸੋ ਆਓ ਵੀਡੀਓ ਦੇਖਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਹੈ। ਅੱਜ ਹੀ ਰੀਨਾ ਰਾਏ ਨੇ ਆਪਣਾ ਇੱਕ ਸਕ੍ਰਿਪਟਡ ਬਿਆਨ ਜਾਰੀ ਕੀਤਾ ਹੈ ਕਿ ਉਸ ਹਾਦਸੇ ਦੇ ਦੌਰਾਨ ਕੀ ਕੁਝ ਹੋਇਆ ਸੀਗਾ ਅਤੇ ਕੀ ਕੁਝ ਉਹ ਜਾਣਦੀ ਸੀਗੀ ਉਸ ਬਾਰੇ, ਜੋ ਕਿ ਇੱਕ ਲਿਖੀ ਲਿਖਾਈ ਸਕ੍ਰਿਪਟ ਤੋਂ ਇਲਾਵਾ ਉਹਦੇ ਵਿੱਚ ਹੋਰ ਕੁਝ ਵੀ ਨਹੀਂ ਜਾਪ ਰਿਹਾ। ਛੋਟੀਆਂ ਛੋਟੇ ਪੁਆਇੰਟਸ ਜੋ ਮੈਨੂੰ ਲੱਗੇ ਕਿ ਉਸ ਦੇ ਵਿੱਚ ਉਹਨੇ ਖੁਦ ਹੀ ਉਹ ਰਾਜ਼ ਜਿਹੜੇ ਨੇ ਉਹ ਖੋਲ੍ਹ ਦਿੱਤੇ ਨੇ, ਖੁਦ ਹੀ ਸਾਨੂੰ ਜਿਹੜੇ ਨੇ ਉਹ ਥੋੜ੍ਹੇ ਬਹੁਤੇ ਪਰੂਫਸ ਦੇਣ ਦੀ ਉਹਨੇ ਕੋਸ਼ਿਸ਼ ਕਰ ਦਿੱਤੀ ਹੈ। ਉਹਦੇ ਕੋਲੋਂ ਗਲਤੀ ਨਾਲ ਲਿਖਿਆ ਗਿਆ, ਬਟ ਸਾਨੂੰ ਉਹਦੇ ਵਿੱਚੋਂ ਪਰੂਫ ਲੱਭਣੇ ਚਾਹੀਦੇ ਨੇ। ਪਹਿਲਾ ਪਰੂਫ, ਉਹਨੇ ਕਿਹਾ ਕਿ ਅਸੀਂ ਲਗੇਜ ਪੈਕ ਕਰਕੇ, ਸਕਾਰਪੀਓ ਨੂੰ ਲੋਡ ਕਰਕੇ ਅਸੀਂ ਪੰਜਾਬ ਵੱਲ ਨੂੰ ਆ ਗਏ। ਕੀ ਕਿਸੇ ਵੀ ਵੀਡੀਓ ਦੇ ਵਿੱਚ ਜਾਂ ਫਿਰ ਕਿਸੇ ਵੀ ਜਿਹੜੇ ਵੀ ਵੀਰ ਭਾਈ ਉੱਥੇ ਗਏ ਸੀਗੇ ਜਿਨ੍ਹਾਂ ਨੇ ਸਕਾਰਪੀਓ ਨੂੰ ਦੇਖਿਆ ਚੰਗੀ ਤਰ੍ਹਾਂ ਦੇ ਨਾਲ, ਕੀ ਉਹਨਾਂ ਨੇ ਉਸਦੇ ਵਿੱਚੋਂ ਲਗੇਜਿਸ ਮਿਲੇ ਨੇ? ਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ, ਜੇ ਪਤਾ ਹੈ ਤੇ ਪਲੀਜ਼ ਇਸ ਗੱਲ ਨੂੰ ਕਲੀਅਰ ਕੀਤਾ ਜਾਵੇ ਕਿ ਉਸ ਗੱਡੀ ਦੇ ਵਿੱਚ ਲਗੇਜ ਵੀ ਸੀ। ਦੂਸਰੀ ਚੀਜ਼, ਉਹ ਕਹਿ ਰਹੀ ਹੈ ਕਿ ਮੈਨੂੰ ਸਪਾਈਨ ਫ੍ਰੈਕਚਰ ਹੋ ਗਿਆ। ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ ਜਿਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਰੀਨਾ ਰਾਏ ਦੀ ਹਸਪੀਟਲ ਦੀ ਵੀਡੀਓ ਆਈ ਸੀ, ਜਿਸ ਵਿੱਚ ਪੁਲਿਸ ਉਹਦੇ ਕੋਲੋਂ ਪੁੱਛਤਾਛ ਕਰ ਰਹੀ ਹੈ ਅਤੇ ਉਹਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਆਪਣਾ ਕੋਈ ਪਰੂਫ ਦਿਖਾ ਸਕਦੇ ਹੋ, ਅਤੇ ਉਹਨੇ ਬਿਲਕੁਲ ਆਰਾਮ ਦੇ ਨਾਲ ਬੈਕ ਤੋਂ ਉੱਠ ਕੇ ਉਹਨੇ ਆਪਣਾ ਮੋਬਾਈਲ ਉਠਾਇਆ ਹੈ। ਮੋਬਾਈਲ ਉਠਾ ਕੇ ਉਹਨੇ ਜਿਹੜਾ ਕੱਢਣਾ ਸ਼ੁਰੂ ਕਰ ਦਿੱਤਾ ਪਰੂਫ। ਮਤਲਬ ਉਹਦੀ ਬੈਕ 'ਤੇ ਅਗਰ ਸਪਾਈਨ ਫ੍ਰੈਕਚਰ, ਰੀੜ੍ਹ ਦੀ ਹੱਡੀ ਦੇ ਫ੍ਰੈਕਚਰ ਦੇ ਨਾਲ ਤੁਸੀਂ ਮੂਵ ਵੀ ਨਹੀਂ ਕਰ ਸਕਦੇ, ਯੂ ਵਿਲ ਬੀ ਇਨ ਸੋ ਮਚ ਪੇਨ, ਤੁਸੀਂ ਬਹੁਤ ਜ਼ਿਆਦਾ ਦਰਦ ਵਿੱਚ ਹੁੰਦੇ ਹੋ ਉਸ ਟਾਈਮ, ਪਰ ਉਹਦੇ ਬੋਲਣ ਤੋਂ, ਉਹਦੇ ਹਾਵ ਭਾਵ ਤੋਂ ਤੁਹਾਨੂੰ ਉਹ ਦਰਦ ਮਹਿਸੂਸ ਨਹੀਂ ਹੋਵੇਗਾ। ਉਹ ਤਾਂ ਆਰਾਮ ਨਾਲ ਬੈਠੀ ਚਾਹ ਪੀ ਰਹੀ ਸੀ, ਫੋਨ 'ਤੇ ਲੱਗੀ ਸੀ। ਅੱਛਾ, ਫੋਨ 'ਤੇ ਲੱਗੀ ਸੀ। ਅਗਲੀ ਚੀਜ਼ ਉਹਨੇ ਲਿਖੀ ਹੈ ਕਿ 5 ਘੰਟੇ ਬਾਅਦ ਉਹਦੀ ਕਜ਼ਿਨ ਆਉਂਦੀ ਹੈ ਜਿਹੜੀ ਉਹਨੂੰ ਦੱਸਦੀ ਹੈ ਕਿ ਦੀਪ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਉਹ 5 ਘੰਟੇ ਫੋਨ ਦੇ ਉੱਤੇ ਲੱਗੀ ਰਹੀ ਹੈ, ਸੋਸ਼ਲ ਮੀਡੀਆ ਨੂੰ ਉਹ ਦੇਖਦੀ ਰਹੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਐਕਸੀਡੈਂਟ ਹੁੰਦੇ ਸਾਰ ਹੀ ਖਬਰ ਫੈਲ ਗਈ ਸੀ। ਫਿਰ ਉਹਨੂੰ 5 ਘੰਟਿਆਂ ਦੇ ਵਿੱਚ ਸੋਸ਼ਲ ਮੀਡੀਆ ਤੋਂ ਇਹ ਪਤਾ ਨਹੀਂ ਚੱਲਿਆ ਕਿ ਦੀਪ ਸਿੱਧੂ ਹੁਣ ਸਾਡੇ ਵਿਚਕਾਰ ਨਹੀਂ ਰਹੇ। ਇਹ 3 ਪੁਆਇੰਟ ਨੇ। ਉਸ ਤੋਂ ਬਾਅਦ ਉਹ ਕਹਿ ਰਹੀ ਹੈਗੀ ਹੈ ਕਿ ਮੈਂ ਜਿਹੜਾ ਹੈਗਾ ਆ ਅਗਾਂਹ ਆਪਣੇ ਜਿਹੜਾ ਟ੍ਰੀਟਮੈਂਟ ਦੇ ਲਈ US ਚਲ ਗਈ। ਤੈਨੂੰ ਇੰਨਾ ਵੱਡਾ ਸਪਾਈਨ ਫ੍ਰੈਕਚਰ ਹੋਇਆ ਸੀ, ਤੂੰ ਐਡਾ ਲੰਬਾ ਸਫ਼ਰ ਇੰਨੀ ਜਲਦੀ ਕਰਕੇ ਕਿਸ ਤਰ੍ਹਾਂ ਦੇ ਨਾਲ ਚਲੀ ਗਈ? ਕੀ ਕਿਸੇ ਨੂੰ ਪਤਾ ਹੈ ਕਿ ਉਹ ਇੱਕ ਐਂਬੂਲੈਂਸ ਏਅਰਵੇ ਦੇ ਵਿੱਚ ਗਈ ਹੈ ਜਾਂ ਫਿਰ ਉਹਨੂੰ ਸਪੈਸ਼ਲੀ ਸਟ੍ਰੈਚਰ ਦੇ ਉੱਤੇ ਪਾ ਕੇ ਕਿਸੇ ਤਰ੍ਹਾਂ ਨਾਲ ਲਿਜਾਇਆ ਗਿਆ ਹੈਗਾ ਆ ਕਿ ਉਹ ਬਿਲਕੁਲ ਮੂਵ ਨਹੀਂ ਕਰ ਸਕਦੀ ਸੀ? ਦਿਸ ਇਜ਼ ਕ੍ਰਿਸਟਲ ਕਲੀਅਰ ਕੇਸ ਆਫ ਮਰਡਰ। ਇਹਦੇ ਵਿੱਚ ਕ੍ਰਿਸਟਲ ਕਲੀਅਰ ਹੈ ਕਿ ਇਹ ਮਰਡਰ ਹੈ, ਇਹ ਕੋਈ ਨੋਰਮਲ ਐਕਸੀਡੈਂਟ ਨਹੀਂ ਹੈ। ਇਹਦੇ ਵਿੱਚ ਰੀਨਾ ਰਾਏ ਪ੍ਰੋਪਰਲੀ ਇਨਵੋਲਵ ਹੈਗੀ ਹੈ। ਹੁਣ ਜਦੋਂ ਉਹਨੂੰ ਪਤਾ ਆ ਕਿ ਉਹਦੀ ਧੀ, ਉਹਦੀ ਵਾਈਫ ਭੋਗ ਵਿੱਚ ਉਹਦੇ ਫਤਿਹਗੜ੍ਹ ਸਾਹਿਬ ਦੇ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ, ਹੁਣ ਉਹ ਜ਼ਖਮਾਂ 'ਤੇ ਲੂਣ ਛਿੜਕਣ ਦੇ ਲਈ ਉਹ ਜਾਨ ਜਾਨ ਬੋਲ ਰਹੀ ਹੈਗੀ ਆ, ਅਤੇ ਉਹ ਜਾਣ ਬੁੱਝ ਕੇ ਦੀਪ ਸਿੱਧੂ ਦੇ ਅਕਾਊਂਟ ਦੀ ਸਕਰੀਨਸ਼ਾਟ ਪਾ ਰਹੀ ਹੈਗੀ ਆ, ਅਤੇ ਉਹ ਆਪਣੇ ਰਿਸ਼ਤੇ ਨੂੰ ਫਲੌਂਟ ਕਰ ਰਹੀ ਆ। ਕੀ ਕਰ ਰਹੀ ਆ? ਉਹ ਜ਼ਖਮਾਂ ਦੇ ਉੱਤੇ ਨਮਕ ਛਿੜਕ ਰਹੀ ਹੈ ਜਿਨ੍ਹਾਂ ਦਾ ਆਪਣਾ ਚਲਾ ਗਿਆ। ਅੱਜ ਖਾਲਸਾ ਪੰਥ ਨੂੰ ਮੰਨਣ ਵਾਲੇ, ਸਿੱਖੀ ਨੂੰ ਮੰਨਣ ਵਾਲੇ, ਸਿੱਖੀ ਸਿਧਾਂਤਾਂ 'ਤੇ ਚੱਲਣ ਵਾਲਿਆਂ ਨੂੰ ਸਭ ਨੂੰ ਦੀਪ ਸਿੱਧੂ ਦੇ ਜਾਣ ਦਾ ਦੁੱਖ ਹੈ, ਪਰ ਉਹ ਕੁੜੀ ਇਸ ਕੇਸ ਦੇ ਵਿੱਚ ਟਰੂਲੀ ਇਨਵੋਲਵਡ ਹੈ ਅਤੇ ਉਹ ਕੁੜੀ ਨੇ ਖੁਦ ਹੀ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਸੰਕੇਤ ਦਿੱਤੇ ਨੇ। ਫਿਰ ਉਹ ਕਹਿ ਰਹੀ ਹੈ ਕਿ ਉਹ ਆਪਣੀ ਸੀਟ ਬੈਕ ਕਰਕੇ ਲੰਮੀ ਪੈ ਗਈ ਸੀ ਅਤੇ ਉਹਨੂੰ ਇੱਕਦਮ ਜਿਹੜਾ ਹੈਗਾ ਸ਼ੌਕ ਲੱਗਾ ਕਿ ਕੁਛ ਬਹੁਤ ਬੁਰੀ ਤਰ੍ਹਾਂ ਦੇ ਨਾਲ ਆਵਾਜ਼ ਆਈ। ਫਿਰ ਉਹ ਉੱਠਦੀ ਹੈ, ਆਪਣੇ ਆਪ ਨੂੰ ਕਿਸੇ ਤਰ੍ਹਾਂ ਨਾਲ ਸੰਭਾਲਦੀ ਹੈ ਅਤੇ ਉਹ ਕੀ ਦੇਖਦੀ ਹੈ, ਉਹਨੇ ਉਹਦੇ ਵਿੱਚ ਲਿਖਿਆ ਸਕ੍ਰਿਪਟ ਦੇ ਵਿੱਚ ਕਿ ਉਹ ਦੇਖਦੀ ਹੈ ਕਿ ਦੀਪ ਸਿੱਧੂ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਫਸਿਆ ਹੋਇਆ।
ਧਿਆਨ ਦੇਣਾ, ਉਹਨੇ ਦੇਖਿਆ ਕਿ ਦੀਪ ਸਿੱਧੂ ਪੂਰੀ ਤਰ੍ਹਾਂ ਦੇ ਨਾਲ ਫਸੇ ਹੋਏ ਨੇ ਐਂਡ ਉਹ ਨਿਕਲ ਨਹੀਂ ਸੀ ਸਕਦੇ। ਉਹਨੇ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਦਾ ਫੇਸ ਟਰਨ ਕੀਤਾ ਐਂਡ ਉਹਨਾਂ ਦਾ ਫੇਸ ਪੂਰਾ ਜਿਹੜਾ ਸੀਗਾ ਬਲੱਡ ਦੇ ਨਾਲ ਭਰਿਆ ਹੋਇਆ ਸੀ। ਬਟ ਤੁਸੀਂ ਇਹ ਦੇਖੋ ਕਿ ਜੇ ਸਟੇਅਰਿੰਗ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਅੰਦਰ ਧੱਸ ਚੁੱਕਾ ਸੀਗਾ ਤਾਂ ਉਹਨਾਂ ਦੀਆਂ ਪਸਲੀਆਂ ਨੂੰ ਕੋਈ ਨੁਕਸਾਨ ਕਿਉਂ ਨਹੀਂ ਹੋਇਆ? ਸ਼ੀਸ਼ਾ ਇੰਨੀ ਬੁਰੀ ਤਰ੍ਹਾਂ ਨਾਲ ਟੁੱਟਿਆ ਹੋਇਆ, ਗੱਡੀ ਇੰਨੀ ਬੁਰਾ ਤਰ੍ਹਾਂ ਨਾਲ ਟੁੱਟੀ ਹੋਈ, ਸਟੇਅਰਿੰਗ ਫੜਨ ਵਾਲੇ ਹੱਥਾਂ ਦੇ ਉੱਤੇ ਇੱਕ ਵੀ ਇੰਜਰਡ ਫ੍ਰੈਕਚਰ, ਇੱਕ ਵੀ ਨਿਸ਼ਾਨ, ਕੋਈ ਜ਼ਖਮ ਦਾ, ਕੋਈ ਖੂਨ ਦਾ ਨਿਸ਼ਾਨ ਨਹੀਂ ਆ। ਫਿਰ ਉਹਨੇ ਲਿਖਿਆ ਕਿ ਉਹਨਾਂ ਨੂੰ ਬੜੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ। ਜੱਦੋਜਹਿਦ ਕਰਦਿਆਂ ਵੀ ਉਹਨਾਂ ਦੀ ਬਾਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਪਏ। ਉਹਨਾਂ ਦੀ ਪੂਰੀ ਬਾਡੀ ਬਿਲਕੁਲ ਸਾਫ਼ ਸੁਥਰੀ ਸੀ, ਕੋਈ ਸੱਟ ਨਹੀਂ ਸੀ, ਕੋਈ ਪਸਲੀਆਂ ਨਹੀਂ ਸੀ ਉਹਨਾਂ ਦੀਆਂ ਟੁੱਟੀਆਂ ਹੋਈਆਂ। ਸਿਰਫ਼ ਉਹਨਾਂ ਦੇ ਮੱਥੇ ਦੇ ਉੱਤੇ ਸੱਟ ਲੱਗੀ ਸੀ ਜਿਹੜੀ ਕਿ ਸਾਫ਼ ਸਾਫ਼ ਜੱਗ ਜ਼ਾਹਿਰ ਹੋ ਰਹੀ ਹੈ ਕਿ ਉਹ ਸੱਟ ਮਾਰੀ ਗਈ ਸੀ, ਉਹ ਐਕਸੀਡੈਂਟਲੀ ਨਹੀਂ ਸੀ ਲੱਗੀ। ਇਸ ਦੇ ਵਿੱਚ ਫਿਰ ਉਹ ਕਹਿ ਰਹੀ ਹੈ ਕਿ ਉਹਨੇ ਵੇਟ ਕੀਤੀ ਬੜਾ ਟਾਈਮ ਅਤੇ ਰਾਹਗੀਰ ਜਿਹੜੇ ਨੇ ਕੋਈ ਆਇਆ ਹੈ ਨਾ, ਅਤੇ ਫਿਰ ਉਹਨੇ ਹੈਲਪ ਕੀਤੀ। ਬਲਕਿ ਇੱਕ ਵੀਡੀਓ ਉਦੋਂ ਆਈ ਸੀ ਇੱਕ ਮੁੰਡੇ ਦੀ, ਉਹਨੇ ਕਿਹਾ ਸੀਗਾ ਕਿ ਮੇਰੀ ਗੱਡੀ ਉਹਨਾਂ ਦੇ ਪਿੱਛੇ ਹੀ ਸੀ ਜਦੋਂ ਐਕਸੀਡੈਂਟ ਹੋਇਆ ਅਤੇ ਮੈਂ ਜਲਦੀ ਜਲਦੀ ਉਤਰ ਕੇ ਗਿਆ। ਉਹਨੇ ਇਹ ਕਿਹਾ ਸੀ ਕਿ ਮੈਂ ਜਲਦੀ ਜਲਦੀ ਉਤਰ ਕੇ ਗਿਆ ਅਤੇ ਰੀਨਾ ਰਾਏ ਬੇਹੋਸ਼ ਹੋ ਚੁੱਕੀ ਸੀ, ਉਹਨੂੰ ਬਾਹਰ ਕੱਢਿਆ, ਫਿਰ ਅਸੀਂ ਦੀਪ ਸਿੱਧੂ ਨੂੰ ਬਾਹਰ ਕੱਢਿਆ। ਬਲਕਿ ਉਹ ਕਹਿ ਰਹੀ ਹੈ ਕਿ ਕਿੰਨਾ ਟਾਈਮ ਮੈਂ ਵੇਟ ਕਰਦੀ ਰਹੀ, ਫਿਰ ਕੋਈ ਰਾਹਗੀਰ ਆਇਆ ਅਤੇ ਫਿਰ ਉਹਨੇ ਕੱਢਿਆ। ਤੁਸੀਂ ਹੁਣ ਆਪਣੇ ਆਪ ਇਹਦੇ ਵਿੱਚੋਂ ਹਿਸਾਬ ਲਗਾ ਲਓ ਕਿ ਇਹਦੇ ਵਿੱਚ ਕੀ ਸਾਨੂੰ ਹੋਰ ਸਬੂਤਾਂ ਦੀ ਲੋੜ ਹੈ। ਸਾਨੂੰ ਲੋੜ ਹੈ ਹੁਣ ਉਹਨਾਂ ਸੀਸੀਟੀਵੀ ਫੁਟੇਜਿਸ ਦੀ, ਉਹਨਾਂ ਹੋਟਲ ਦੀ ਸੀਸੀਟੀਵੀ ਫੁਟੇਜ ਦੀ, ਜਿੱਥੋਂ ਜਿੱਥੋਂ ਵੀ ਗੱਡੀ ਲੰਘੀ ਹੈ ਉਹਨਾਂ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜਿਸ ਦੀ ਜ਼ਰੂਰਤ ਹੈਗੀ ਹੈ। ਇਹ ਸੀਸੀਟੀਵੀ ਫੁਟੇਜ ਤੁਹਾਨੂੰ ਕਲੀਅਰ ਕਰ ਦੇਗੀ ਕਿ ਕੀ ਉਸ ਟਾਈਮ ਗੱਡੀ ਦੇ ਵਿੱਚ ਰੀਨਾ ਰਾਏ ਸੀ ਜਾਂ ਨਹੀਂ ਸੀ। ਰੀਨਾ ਰਾਏ ਦੀ ਪੋਸਟ ਦੇ ਵਿੱਚੋਂ ਇੱਕ ਇੱਕ ਗੱਲ ਨੂੰ ਫੜੋ, ਮੇਰੇ ਕੋਲ ਵੀ ਸਾਰੇ ਸਕਰੀਨਸ਼ਾਟ ਹੈਗੇ ਨੇ, ਉਹਦੀ ਪੋਸਟ ਦੇ ਵਿੱਚੋਂ ਇੱਕ ਇੱਕ ਗੱਲ ਨੂੰ ਫੜੋ ਅਤੇ ਜਾਣੋ ਕਿ ਕੀ ਉਸ ਗੱਡੀ ਦੇ ਵਿੱਚ ਲਗੇਜ ਪਿਆ ਸੀ, ਕੀ ਇਹ ਸਾਰੀਆਂ ਗੱਲਾਂ ਸੱਚ ਹੈਗੀਆਂ ਨੇ, ਕੀ ਕਿਸੇ ਬੰਦੇ ਦੀ ਸਪਾਈਨ ਇੰਜਰੀ ਹੋ ਜਾਵੇ, ਸਪਾਈਨ ਫ੍ਰੈਕਚਰ ਹੋ ਜਾਵੇ, ਉਹ ਇੰਨੀ ਛੇਤੀ, ਉਸ ਵੀਡੀਓ ਨੂੰ ਦੇਖੋ ਜਿਹੜੀ ਹੋਸਪਿਟਲ ਦੇ ਵਿੱਚ ਪੁੱਛਤਾਛ ਕਰ ਦਿੰਦੀ ਹੈ, ਉਹ ਇੰਨੀ ਛੇਤੀ ਮੂਵਮੈਂਟ ਕਰਕੇ ਉੱਠ ਸਕਦੀ ਹੈ? ਉਹਨੂੰ ਤਾਂ ਬਹੁਤ ਪੇਨ ਹੋਣੀ ਸੀ, ਉਹ ਤਾਂ ਧੋਣ ਵੀ ਨਹੀਂ ਸੀ ਹਲਾ ਪਾਣੀ ਜੇ ਉਹਨੂੰ ਸਪਾਈਨ ਫ੍ਰੈਕਚਰ ਹੋਇਆ ਹੁੰਦਾ। ਸੋ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਅਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹਦੇ ਵਿੱਚੋਂ ਕੀ ਕੀ ਪਰੂਫਸ ਜਿਹੜੇ ਨੇ ਉਹ ਲੱਗ ਰਹੇ ਨੇ ਕਿ ਆਹ ਚੀਜ਼ ਹੈ, ਆਹ ਚੀਜ਼ ਨਹੀਂ ਹੈ। ਧੰਨਵਾਦ ਜੀ।